जी लव मेमोरिया भाई जी, जो सतगुरु रविदास शक्ति दल पंजाब दे साडे चेयरमैन साहब हन, ते उन्हां दे नाल हुण असीं गल करन जा रहे हां जो भोगपुर दे विच पिंड पटियाल दे विच रविदासिया भाईचारे दे परिवारां दे उपर जो उत्थे तक कद सदित हो रहा है उस पिंड दे सरपंच दी शहट। सो इहदे संबंध विच लव मेमोरिया भाई जी तुसीं की कहना चाहोगे जी उस परिवार दे संबंध विच? हाँ दो जी, मिनट। जय गुरुदेव जी, धन गुरुदेव जी। धन गुरुदेव जी। हाँ जी, मेरी हुणे ही परिवार दे जिहड़े आ मोढ़ी ने, जिहड़े फौजी साहब ने, उन्हां नाल मेरी हुणे गल्लबात होई है। जी ते तुहाडे चैनल राही सानूं इस खबर दा पता लग्गा आ, मैं तुहाडा बहुत धन्नवादी हाँ। जी दूसरा मैं ये कहना चाहुंदा वा जी वी जी उत्थे 250 पिंड परिवार दे विच हैगा, पिंड दे विच परिवार आ 250, ठीक जी है जी। जी टोटल ਉਹ जी ਸਾਡੇ ਸਮਾਜ ਦੇ ਚਾਰ ਘਰ ਹੀ, ਜਿਹੜਾ ਕਿ ਇੱਕ ਵੇਚ ਕੇ ਚਲ ਗਏ ਹੁਸ਼ਿਆਰਪੁਰ, ਤੇ 3 ਘਰ ਰਹਿ ਗਏ ਉੱਥੇ। ਜੀ ਜੀ ਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਸਾਨੂੰ ਸੰਵਿਧਾਨਿਕ ਤੌਰ ਦੇ ਉੱਤੇ ਸਾਡੀਆਂ ਜ਼ਮੀਨਾਂ ਸਾਡੇ ਸਮਾਜ ਦੇ ਨਾਂ ਤੇ ਆ, ਉਹਦੇ ਉੱਤੇ ਜਿਹੜਾ ਪਿੰਡ ਦਾ ਸਰਪੰਚ ਆ ਉਹ ਧੱਕਾ ਕਰਦਾ ਪਿਆ। ਜੀ ਉਹ ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਵੀ ਉਹਨਾਂ ਨੇ ਹਰ ਜਗ੍ਹਾ ਜਿਹੜਾ ਆ ਪਹੁੰਚ ਕੀਤੀ ਆ ਸਾਡੇ ਸਮਾਜ ਦੇ ਲੋਕਾਂ ਨੇ, ਤੇ ਜੀ ਜੀ ਸਮਾਜ ਦੇ ਲੋਕਾਂ ਨੇ ਜਿਹੜੀ ਪਹੁੰਚ ਕੀਤੀ ਆ, ਤੇ ਜਿਸ ਤਰ੍ਹਾਂ ਤੁਸੀਂ ਜਿਹੜੀ ਖਬਰ ਚੁੱਕੀ ਆ ਉਸਦੇ ਮੁਤਾਬਕ ਹਾਲ ਦੀ ਘੜੀ ਜਿਹੜਾ ਪ੍ਰਸ਼ਾਸਨ ਆ ਜੀ ਜੀ ਉਹਨੇ ਕੰਮ ਤੇ ਆਪਣੇ ਤੌਰ ਤੇ ਡੱਕਿਆ, ਜੀ ਪਰ ਉਹ ਜਿਹੜੇ ਲੋਕ ਆ, ਜਿਹੜਾ ਪਿੰਡ ਦਾ ਸਰਪੰਚ ਆ, ਜਿਹੜਾ ਸ਼ਰਾਰਤੀ ਅੰਸਰ ਆ, ਜੀ ਜੀ ਉਹ ਜਦੋਂ ਮਰਜ਼ੀ ਜਦੋਂ ਪੁਲਿਸ ਨਹੀਂ ਹੁੰਦੀ ਉੱਥੇ ਇਕੱਠੇ ਹੋ ਕੇ ਆਪਣੀਆਂ ਘਰ ਦੀਆਂ ਜਨਾਨੀਆਂ ਦੇ ਨਾਲ ਉੱਥੇ ਨੀਹਾਂ ਭਰਨ ਨੂੰ ਆ ਜਾਂਦੇ ਨੇ, ਠੀਕ ਆ ਜੀ। ਦੂਸਰੇ ਨੰਬਰ ਤੇ ਉਹ ਧਮਕੀਆਂ ਲਾਉਂਦੇ ਆ ਸਾਡੇ ਫੌਜੀ ਸਾਹਿਬ ਨੂੰ ਵੀ ਅਸੀਂ ਇੰਜ ਕਰ ਦਿਆਂਗੇ ਉਂਜ ਕਰ ਦਿਆਂਗੇ। ਮੈਂ ਜੀ ਜੀ ਤੁਹਾਡੇ ਚੈਨਲ ਰਾਹੀਂ ਕਹਿ ਦੇਣਾ ਚਾਹੁੰਦਾ ਵਾ ਵੀ ਜੇਕਰ ਸਾਡੇ ਸਮਾਜ ਦੇ ਇੱਕ ਜੀ ਨੂੰ ਵੀ ਹੱਥ ਲੱਗ ਗਿਆ ਤੇ ਅਸੀਂ ਪੰਜਾਬ ਦੇ ਵਿੱਚ ਅੱਗਾ ਲਾ ਦਿਆਂਗੇ। ਜੀ 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 ਅੱਛਾ ਲੱਭ ਬੋਰੀਆ ਭਾਈ ਜੀ, ਜਿਵੇਂ ਆਪਾਂ ਪਰਿਵਾਰ ਦੀ ਆਡੀਓ ਸੁਣੀ ਆ ਜੋ ਵਾਇਰਲ ਹੋਈ ਸੀਗੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਜਿਹੜੇ ਬੋਲੇ ਜਾ ਰਹੇ ਆ, ਸੋ ਇਹ ਇਹਦੇ ਬਾਰੇ ਤੁਸੀਂ ਕੀ ਹਾਂਜੀ ਕਹਿਣਾ ਚਾਹੋਗੇ ਜੀ ਕਿ ਤੁਸੀਂ ਪਰਿਵਾਰ? ਇਹਦੇ ਬਾਰੇ ਜੀ ਅਸੀਂ ਕਹਿਣਾ ਚਾਹੁੰਦੇ ਆ ਜੀ, ਸੋਮਵਾਰ ਅਸੀਂ ਪਹਿਲਾਂ ਤੇ ਜਾਣਾ ਥਾਣੇ ਭੋਗਪੁਰ ਦੇ ਜੀ ਸਰ, SHO ਸਾਹਿਬ ਨੂੰ ਅਸੀਂ ਪਹਿਲਾਂ ਦੇ ਉੱਥੇ ਮੰਗ ਰੱਖਣੀ ਹੈ ਵੀ SC ST ਐਕਟ ਰਾਹੀਂ ਸਰਪੰਚ ਦੇ ਉੱਤੇ ਜਿਹੜਾ ਆ ਉਹ ਮੁਕਦਮਾ ਦਰਜ ਹੋਣਾ ਚਾਹੀਦਾ। ਜੀ ਜੀ ਦੂਸਰੇ ਨੰਬਰ ਤੇ ਸਾਡੀ ਮੰਗ ਹੋਣੀ ਹੈ ਵੀ ਜਿਹੜੇ ਫੌਜੀ ਸਾਹਿਬ, ਜਿਹੜੇ ਸਾਡੇ ਪੀੜਿਤ ਪਰਿਵਾਰ ਆ, ਉਹਨੂੰ ਗਨਮੈਨ ਅਲੋਟ ਕੀਤੇ ਜਾਣ। ਜੀ 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 ਕਿਉਂਕਿ ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਉਹਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ, ਕਿਉਂਕਿ ਉਹਨਾਂ ਨੇ ਹਰ ਜਗ੍ਹਾ DC, BDO, ਡਿਪਟੀ ਕਮਿਸ਼ਨਰ ਤੱਕ ਆਪਣੀਆਂ ਜਿਹੜੀਆਂ ਕੰਪਲੇਂਟਾਂ ਦਿੱਤੀਆਂ ਨੇ। ਏਡਾ ਸੀਰੀਅਸ ਮੈਟਰ ਹੈ ਇੱਕ ਸਾਡੇ ਰਵਦਾਸੀਆ ਕੌਮ ਜਿਹੜੀ ਕਿ 30 ਕਰੋੜ ਦੀ ਗਿਣਤੀ ਦੇ ਵਿੱਚ ਸਾਡੀ ਭਾਰਤ 'ਚ ਵੱਸਦੀ ਹੈ, ਉਹਨੂੰ ਇਹ ਸੀਰੀਅਸ ਨਹੀਂ ਲੈ ਰਿਹਾ ਪ੍ਰਸ਼ਾਸਨ। ਜੇਕਰ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਜੋ ਮਾਹੌਲ ਹੋਏਗਾ ਉਹ ਸਾਰਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ। ਠੀਕ ਹੈ ਸਰ, ਧੰਨਵਾਦ ਜੀ ਲੱਭ ਬੋਰੀਆ ਭਾਈ ਜੀ, ਤੁਸੀਂ ਇਸ ਮੁੱਦੇ ਤੇ ਉੱਤੇ ਆਪਣੀ ਜਾਣਕਾਰੀ ਦਿੱਤੀ ਔਰ ਤੁਸੀਂ ਦੱਸਿਆ ਕਿ ਬਹੁਤ ਜਲਦੀ ਪੀੜਤ ਪਰਿਵਾਰ ਤੱਕ ਤੁਸੀਂ ਪਹੁੰਚ ਰਹੇ ਹੋ ਜੀ। ਸੋ ਸੋਮਵਾਰੀ ਪਹੁੰਚ ਰਹੇ ਆਪਾਂ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀਗੇ ਸਾਡੇ ਨਾਲ ਜੀ ਲੱਭ ਬੋਰੀਆ ਭਾਜੀ, ਸਤਿਗੁਰੂ ਰਵਿਦਾਸ ਸ਼ਕਤੀ ਦਲ ਪੰਜਾਬ ਦੇ ਚੇਅਰਮੈਨ ਜੀ। ਸੋ ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ